ਉਹ ਜਿਹੜੇ ਗੀਤ ਹੈ ਇੱਕ ਸਿਮਟਮ ਆ ਕਿ ਬਿਮਾਰੀ, ਕਹਿੰਦੇ ਬੁਖਾਰ ਹੋ ਗਿਆ। ਬੁਖਾਰ ਵੀ ਅਸੀਂ ਲਾਉਣਾ ਹੁੰਦਾ, ਪਰ ਨਾਲ ਦੀ ਨਾਲ ਅਸੀਂ ਬੁਖਾਰ ਕਿਉਂ ਹੋਇਆ ਉਹ ਵੀ ਅਸੀਂ ਦੇਖਦੇ ਵੀ ਕਿਹੜੀ ਗੱਲੋਂ ਬੁਖਾਰ ਆ। ਇਹਦਾ ਮਤਲਬ ਵੀ ਆ ਵੀ ਉਹ ਆਰਟਿਸਟ ਆਪਣੀ ਆਤਮਾ ਮੁਤਾਬਕ ਨਹੀਂ ਲਿਖ ਰਿਹਾ, ਬਹੁਤ ਜਾਣੀ ਸਮਝੋ ਕਿ ਉਹ ਆਪਣੀ ਜ਼ਮੀਰ ਚੋਂ ਨਹੀਂ ਲਿਖ ਰਿਹਾ, ਹੈ ਨਾ, ਕਿ ਉਹ ਸਿਰਫ ਪੈਸੇ ਲਈ ਲਿਖ ਰਿਹਾ। ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਹਥਿਆਰਾਂ ਦੀ ਦੁਰਵਰਤੋਂ ਨੂੰ ਠੱਲ ਪਾਉਣ ਲਈ ਕੁਝ ਫੈਸਲੇ ਲਏ ਨੇ। ਇਹਦੇ ਵਿੱਚ ਇੱਕ ਫੈਸਲਾ ਹੈ ਕਿ ਜਿਨ੍ਹਾਂ ਗੀਤਾਂ 'ਚ ਹਥਿਆਰਾਂ ਦੀ ਵਡਿਆਈ ਕੀਤੀ ਜਾਂਦੀ ਹੈ ਉਹਨਾਂ 'ਤੇ ਸਖਤੀ ਹੋਏਗੀ। ਇਸ ਬਾਰੇ ਗੱਲ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੁਰਜੀਤ ਪਾਤਰ ਸਾਹਿਬ। ਪਾਤਰ ਸਾਹਿਬ, ਸਵਾਗਤ ਹੈ ਤੁਹਾਡਾ BBC ਪੰਜਾਬੀ 'ਤੇ। ਕਿਸ ਤਰ੍ਹਾਂ ਇਸ ਦਾ ਵਿਸ਼ਲੇਸ਼ਣ ਕਰਦੇ ਹੋ? ਨਵਦੀਪ, ਇਸ ਬਾਰੇ ਪਹਿਲਾਂ ਵੀ ਬਹੁਤ ਵਾਰੀ ਗੱਲਬਾਤ ਹੋਈ, ਇੱਕ ਵਾਰੀ ਕਮਿਸ਼ਨ ਬਣਾਉਣ ਦੀ ਦਾ ਖਿਆਲ ਵੀ ਅੱਗੇ ਆਇਆ, ਪਰ ਉਦੋਂ ਗੱਲ ਇਸ ਉਲਝਣ 'ਚ ਉਲਝ ਗਈ ਕਿ ਇੱਕ ਤਾਂ ਆਜ਼ਾਦੀ, ਤੁਹਾਡੀ ਪ੍ਰਗਟਾਅ ਦੀ, ਇਜ਼ਹਾਰ ਦੀ ਆਜ਼ਾਦੀ, ਦੂਸਰਾ ਇਸ ਗੱਲ 'ਚ ਕਿ ਇਹਦੀ ਵਿਵਹਾਰਕਤਾ, ਇਹਦੀ ਪ੍ਰੈਕਟੀਕੈਲਿਟੀ, ਕਿ ਕਈ ਵਾਰ ਜਿੱਦਾਂ ਹੁਣ ਗੀਤ ਟੈਲੀਕਾਸਟ ਹੀ ਕਿਤੋਂ ਹੋ ਰਹੇ ਆ, ਪੰਜਾਬ ਤੋਂ ਬਾਹਰੋਂ ਹੋ ਰਹੇ ਆ, ਜੀ ਦਿੱਲੀ ਤੋਂ ਹੋ ਰਹੇ, ਸਾਰੇ ਕੁਛ ਨੂੰ ਕੀ ਕਰੋਂਗੇ, ਕਿੱਦਾਂ ਕਿ ਇਹ ਸਾਰੇ ਕਿ ਉਹ ਕਮੇਟੀ ਦੇਖਿਆ ਕਰੂ ਗੀਤਾਂ ਨੂੰ ਕੀ ਹੋਊਗਾ, ਕਿ ਉਸ ਗੱਲ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਸੀਗਾ। ਕਿ ਉਂਝ ਸਾਰੇ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜੀ ਉਹ ਗਨ ਗਲੈਮਰ ਆ, ਹਥਿਆਰਾਂ ਨੂੰ ਗਲੈਮਰ ਬਣਾ ਕੇ ਇਸਤੇਮਾਲ ਕਰਨਾ, ਇਸ ਚੀਜ਼ ਨੂੰ ਜ਼ਰੂਰ ਰੁਕਿਆ ਜਾਣਾ ਚਾਹੀਦਾ। ਸਾਡੇ ਗੀਤਾਂ 'ਚ ਵੰਨਸੁਵੰਨਤਾ ਆਵੇ, ਅਸੀਂ ਕੋਈ ਗਰੂਪ 'ਚ ਘੁੰਮੀ ਜਾ ਰਹੇ ਹਾਂ, ਸਾਡੀ ਜਿਹੜੀ ਨੌਜਵਾਨੀ ਆ ਉਹ ਇੰਨੀ ਸੁਪਨਹੀਣ, ਦਿਸ਼ਾਹੀਣ, ਆਸਹੀਣ ਹੋ ਗਈ, ਇੰਨੀ ਭ੍ਰਮਤ ਵੀ ਹੋ ਗਈ, ਕਿ ਇੰਨੀ ਡਿਸਇਲੂਜਨਡ ਵੀ ਹੋ ਗਈ ਕਿ ਜਿਨ੍ਹਾਂ ਨੇ ਨਾਇਕ ਹੋਣਾ ਸੀ ਉਹ ਉਹਨਾਂ ਦੇ ਸਾਹਮਣੇ ਖਲਨਾਇਕ ਨਿਕਲੇ। ਨਹੀਂ ਤਾਂ ਹੁਣ ਜਿੱਦਾਂ ਹੁਣ ਆਪਾਂ ਕਹਿੰਦੇ ਵੀ ਮੂਸੇ ਵਾਲੇ ਦੇ ਇੰਨੇ ਇੰਨੇ ਫੋਲੋਅਰਸ ਕਿੱਦਾਂ ਹੋ ਗਏ, ਹੁਣ ਇਹ ਕਿ ਉਹ ਇੱਕ ਸਾਂਝਾ ਦੁੱਖ ਹੁੰਦਾ ਯੂਥ ਦੇ ਵਿੱਚ ਜਾਂ ਉਹਨਾਂ ਲੋਕਾਂ ਦੇ ਵਿੱਚ ਜਿਹਨੂੰ ਇੱਕ ਪ੍ਰਗਟਾਵਾ ਮਿਲਦਾ, ਪੰਛੀ ਤਾਂ ਉੱਡ ਗਏ ਨੇ, ਰੁੱਖ ਵੀ ਸਲਾਹਾਂ ਕਰਨ, ਚਲੋ ਇੱਥੋਂ ਚੱਲੀ, ਕਿ ਇਸ ਤਰ੍ਹਾਂ ਦੀ ਹਾਲਤ ਆ। ਔਰ ਇਸ ਹਾਲਤ 'ਚ ਸਾਨੂੰ ਇਹ ਅਸੀਂ ਇੱਕ ਸੁਪਰਫਿਸ਼ੀਅਲ ਜਿਹੇ ਇਲਾਜ ਨੇ ਜਿਹੜੇ ਆਪਾਂ ਕਹਿੰਦੇ ਵੀ ਇਹਨੂੰ ਉੱਪਰਲੀ ਸਤ੍ਹਾ ਦੇ, ਲੇਕਿਨ ਜਿਹੜੀ ਆਪਾਂ ਜਿਵੇਂ ਆ ਕਿ ਵੀ ਜੋ ਬੇਸਿਕ ਉਹਦੀਆਂ ਜੜ੍ਹਾਂ ਨੇ ਜਾਂ ਜੋ ਦੁੱਖ ਹੈ ਜਾਂ ਜੋ ਬਿਮਾਰੀ ਆ, ਇਹ 'ਚ ਬੇਰੁਜ਼ਗਾਰੀ ਵੀ ਸ਼ਾਮਿਲ ਹੈ, ਬੇਇਨਸਾਫ਼ੀ ਵੀ ਸ਼ਾਮਿਲ ਹੈ। ਜੇ ਗੀਤਾਂ 'ਤੇ ਪਾਬੰਦੀ ਲੱਗੇਗੀ, ਗੀਤ ਬੈਨ ਹੋਣਗੇ, ਤਾਂ ਉਹ ਇੱਕ ਕਲਾ ਨੂੰ ਬੰਨਣ ਵਾਲੀ ਗੱਲ ਹੋ ਜਾਂਦੀ ਹੈ। ਸਾਡੀਆਂ ਬਹੁਤ ਮੀਟਿੰਗਾਂ ਹੋਈਆਂ ਪਹਿਲਾਂ ਪਿਛਲੀਆਂ ਸਰਕਾਰਾਂ ਮਿਲੇ ਵੀ, ਅਤੇ ਉਹ ਇਸ ਗੱਲ 'ਤੇ ਆ ਕੇ ਤੁਰੀ ਅੜ ਜਾਂਦੀ ਸੀ, ਹੈ ਨਾ, ਕਿ ਵੀ ਆਜ਼ਾਦੀ, ਉਹਨਾਂ ਦੀ ਆਜ਼ਾਦੀ, ਗਾਇਕ ਆਜ਼ਾਦੀ, ਜਾਂ ਇਹ ਆ ਕਿ ਜੇ ਤੁਸੀਂ ਇੱਕ ਬਣਾਉਣੇ ਵੀ ਆ, ਤੁਸੀਂ ਬੋਰਡ ਬਣਾਉਣੇ, ਕਿ ਹਰ ਗੀਤ ਉੱਥੋਂ ਲੰਘ ਕੇ ਜਾਵੇ, ਕਿ ਉੱਥੇ ਫਿਰ ਕਰਪਸ਼ਨ ਬੰਦਾ ਕਿ ਵਿਆਹ ਚੀਜ਼ ਚੱਲ ਜੂਗੀ, ਆਹ ਨਹੀਂ ਚੱਲ ਜੂਗੀ, ਹੈ ਨਾ। ਪਰ ਜਿੱਦਾਂ ਹੁਣ ਆਪਾਂ ਫਿਲਮਾਂ ਲਈ ਸੈਂਸਰ ਬੋਰਡ ਤਾਂ ਬਣਾਇਆ ਹੀ ਹੋਇਆ ਨਾ, ਕਿ ਫਿਲਮ ਹਰੇਕ ਸੈਂਸਰ ਬੋਰਡ ਲੰਘ ਕੇ ਜਾਂਦੀ ਆ, ਉਹਨੂੰ ਆਪਾਂ ਆਜ਼ਾਦੀ ਨਾਲ ਹੀ ਜੋੜ ਦਿਓ, ਹੁਣ ਆਪਾਂ ਉਹਦੇ ਆਦੀ ਹੋ ਗਏ ਹਾਂ, ਅਸੀਂ ਉਹਨੂੰ
ਤੋ ਇਸ ਤਰ੍ਹਾਂ ਦੀ ਕੋਈ ਮਤਲਬ ਮੇਰੇ ਖਿਆਲ 'ਚ ਕੋਈ ਬਹੁਤੀ ਮੁਸ਼ਕਲ ਗੱਲ ਨਹੀਂ ਹੈ ਜੇ ਆਪਾਂ ਇੱਦਾਂ ਦਾ ਕੋਈ ਬਣਾਈਏ। ਜਿਸ ਤਰੀਕੇ ਨਾਲ ਕਈ ਗਾਇਕ ਜਦੋਂ ਉਹਨਾਂ ਤੋਂ ਇਹ ਸਵਾਲ ਕੀਤੇ ਜਾਂਦੇ ਨੇ ਕਿ ਗਨ ਕਲਚਰ ਨੂੰ ਗੀਤਾਂ 'ਚ ਪ੍ਰਮੋਟ ਨਹੀਂ ਕੀਤਾ ਜਾਣਾ ਚਾਹੀਦਾ, ਤਾਂ ਉਹ ਕਹਿੰਦੇ ਨੇ ਕਿ ਲੋਕ ਅਜਿਹੇ ਗਾਣੇ ਸੁਣਦੇ ਨੇ, ਫਿਰ ਉਹ ਆਪਣੇ ਕੁਝ ਗਾਣਿਆਂ ਦੀ ਉਦਾਹਰਣਾਂ ਦਿੰਦੇ ਨੇ ਜਿਹੜੇ ਧਾਰਮਿਕ ਹੁੰਦੇ ਨੇ ਜਾਂ ਜਿਹੜੇ ਕੁਝ ਰਿਸ਼ਤਿਆਂ ਬਾਰੇ ਲਿਖੇ ਹੁੰਦੇ ਨੇ, ਤੇ ਉਹ ਕਹਿੰਦੇ ਨੇ ਕਿ ਲੋਕ ਇਹ ਗਾਣੇ ਸੁਣਦੇ ਨਹੀਂ ਇਸ ਲਈ ਉਹ ਇਹ ਗਾਣੇ ਗਾਉਂਦੇ ਨੇ। ਤਾਂ ਇਹ ਜਿਹੜਾ ਆਰਥਿਕਤਾ ਦੇ ਨਾਲ ਗਾਣੇ ਚੱਲਣ ਦੇ ਨਾਲ ਜੋੜਿਆ ਜਾਂਦਾ ਹੈ, ਇਹਨੂੰ ਕਿਵੇਂ ਵੇਖਦੇ? ਇਹਦਾ ਮਤਲਬ ਵੀ ਹੈ ਵੀ ਉਹ ਆਰਟਿਸਟ ਆਪਣੀ ਆਤਮਾ ਮੁਤਾਬਕ ਨਹੀਂ ਲਿਖ ਰਿਹਾ, ਬਹੁਤ ਜਾਣੀ ਸਮਝੋ ਕਿ ਉਹ ਉਹਦੀ ਉਸ ਆਪਣੀ ਜ਼ਮੀਰ ਚੋਂ ਨਹੀਂ ਲਿਖ ਰਿਹਾ, ਹੈ ਨਾ, ਕਿ ਉਹ ਸਿਰਫ ਪੈਸੇ ਲਈ ਲਿਖ ਰਿਹਾ, ਜਾਂ ਕਿ ਉਹ ਕੋਈ ਪੈਸੇ ਦੀ ਘਾਟ ਤਾਂ ਕੋਈ ਨਹੀਂ ਹੈਗੀ, ਕਿ ਉਹ ਸਿਰਫ ਇਸ ਲਈ ਕਿ ਮੇਰੇ ਗੀਤ ਬਹੁਤ ਲੋਕ ਸੁਣ ਪੋਸਟਿੰਗ। ਦੂਜੀ ਗੱਲ ਹੈ ਕਿ ਮੈਂ ਇਹਦਾ ਮਹਿਸੂਸ ਕਰਦਾ ਕਿ ਜਿਹੜਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਜਿਹੜਾ ਮਨ ਸਾਡਾ ਨਾ, ਮਨ ਨੂੰ ਉਹ ਜੋਤ ਸਰੂਪ ਵੀ ਕਹਿੰਦੇ ਆ ਅਤੇ ਮਨ ਨੂੰ ਗਧਾ ਮੂਰਖ ਗਵਾਰ ਵੀ ਕਹਿੰਦੇ ਆ, ਕਿ ਮਨ ਜਿਹੜਾ ਉਹ 'ਚ ਬਹੁਤ ਉੱਚਾ ਉੱਠਣ ਦੀ ਸੰਭਾਵਨਾ ਹੁੰਦੀ ਹੈ ਅਤੇ ਬਹੁਤ ਨੀਵਾਂ ਗਿਰਨ ਦੀ ਵੀ। ਤੁਸੀਂ ਇੰਨੇ ਸਮੇਂ ਤੋਂ ਕਲਾ ਦੇ ਖੇਤਰ ਨਾਲ ਜੁੜੇ ਹੋਏ ਹੋ, ਤੁਸੀਂ ਕਿਸ ਤਰੀਕੇ ਦੇ ਨਾਲ ਗੀਤਾਂ ਦੇ ਵਿੱਚ ਹਥਿਆਰਾਂ ਦਾ ਮੰਤਵ ਬਦਲਦਾ ਦੇਖਿਆ ਹੈ ਅਤੇ ਕਿਸ ਤਰ੍ਹਾਂ? ਸ਼ਬਦ ਤੋਂ ਬਿਨਾਂ ਤਲਵਾਰ ਅੰਨੀ ਹੁੰਦੀ ਹੈ, ਜਿਹੜਾ ਉਹ ਆਪਣੀ ਵਾਰ ਹੁੰਦੀ ਸੀਗੀ ਜੇ ਮੁਹੰਮਦ ਸਦੀਕ ਨੇ ਗਾਈ ਸੀ ਨਾ, ਸੁੱਚਾ ਸੂਰਮਾ, ਹੈ ਨਾ, ਬਦਲਾ ਲੈ ਲਈ ਸੋਹਣਿਆਂ ਜੇ ਜਿਉਣੇ ਜਿਉਣੇ ਮੌੜ ਦੀ ਵਾਰ ਸੀ, ਹੈ ਨਾ, ਬਦਲਾ ਸੋਹਣਿਆਂ ਜੇ ਮਾਂਦਾ ਜਾਇਆ। ਅਤੇ ਇੱਕ ਮਤਲਬ ਉਹ ਇਸ ਕਹਿੰਦੀ ਕਿ ਵੀ ਤੁਹਾਡੇ ਨਾਲ ਕੋਈ ਇਨਜਸਟਿਸ ਹੋਇਆ, ਤੁਸੀਂ ਉਹਨੂੰ ਉਹ ਜਸਟਿਸ ਕਰਨਾ। ਸਾਡੇ ਦਿਨ ਬ ਦਿਨ ਸਾਡੇ ਹਿੰਸਾ ਦੇ, ਸਾਡੇ ਹਥਿਆਰਾਂ ਦੇ ਜੋ ਮੰਤਵ ਸੀ ਉਹ ਛੋਟੇ ਹੁੰਦੇ ਗਏ। ਗਾਇਕਾਂ ਨੂੰ ਆਪਾਂ ਇਹ ਕਹਿੰਦੇ ਹਾਂ ਵੀ ਸੁਣਿਆ ਕਿ ਗੀਤ ਸੁਣ ਕੇ ਕੋਈ ਹਥਿਆਰ ਨਹੀਂ ਚੱਕਦਾ, ਕਿ ਅਸੀਂ ਨਹੀਂ ਕਿਸੇ ਨੂੰ ਦੇਖਿਆ ਕਿ ਉਹ ਗੀਤ ਸੁਣਨ ਤੋਂ ਬਾਅਦ ਗੈਂਗਸਟਰ ਬਣ ਗਿਆ ਹੋਵੇ ਜਾਂ ਗੀਤ ਸੁਣਨ ਤੋਂ ਬਾਅਦ ਲੋਕ ਹਥਿਆਰ ਚੱਕ ਕੇ ਕਿਸੇ ਨੂੰ ਮਾਰਨ ਚਲੇ ਗਏ ਹੋਣ। ਤਾਂ ਜਿਹੜੇ ਗੀਤਾਂ ਦੇ ਬੋਲ ਹੈ ਉਹ ਕਿਸ ਤਰ੍ਹਾਂ ਸਮਾਜ ਨੂੰ ਪ੍ਰਭਾਵਿਤ ਕਰਦੇ ਹਨ? ਇਸ ਗੱਲ ਬਾਰੇ ਇੱਕ ਸਰਵੇ ਵੀ ਹੋਣਾ ਚਾਹੀਦਾ ਤੇ ਸੋਸ਼ੀਓਲੋਜਿਸਟ ਨੂੰ, ਸਮਾਜ ਵਿਗਿਆਨੀ ਨੂੰ, ਵੀ ਜਿੱਦਾਂ ਉਹਨਾਂ ਮਰਡਰਸ ਦਾ ਤੇ ਗੀਤਾਂ ਦੀ ਪ੍ਰਪੋਰਸ਼ਨ ਕੀ ਆ। ਗੀਤ ਜਿਹੜੇ ਨਾ ਵੀ ਸਾਡੇ ਸਮਾਜ ਦੀ ਜਿਹੜੀ ਸਮਝੋ ਕਿ ਦਿਸ਼ਾ, ਕੋਈ ਦਿਸ਼ਾ ਨਹੀਂ ਦੇ ਰਿਹਾ। ਇੱਕ ਦੂਜੀ ਗੱਲ ਕਿ ਬਹੁਤ ਕੁਛ ਉਹ ਰਿਪੀਟ ਹੋ ਰਿਹਾ, ਮੁੜ ਮੁੜ ਕੇ ਉਹੀ ਚੀਜ਼ਾਂ ਆ ਰਹੀਆਂ, ਕਿ ਜਿਹੜੀ ਹੁੰਦਾ ਨਾ ਕਿ ਸਾਹਿਤ ਦਾ ਪਰਪਜ ਇੱਕ ਤੁਹਾਡੀ ਆਤਮਾ ਦਾ ਵਿਕਾਸ ਕਰਨਾ, ਤੁਹਾਡੇ ਮਨ ਦਾ ਵਿਕਾਸ ਕਰਨਾ, ਮਰਡਰ ਨਾ ਵੀ ਹੁੰਦੇ ਹੁਣ ਮੈਂ ਕਹਿੰਦਾ ਚਲੋ ਇਸ ਗੱਲ ਨਾਲ, ਪਰ ਇੱਕ ਤਾਂ ਇਹ ਹੈ ਕਿ ਤੁਹਾਡੀ ਤੁਸੀਂ ਇੱਕ ਜਾਣੀ ਬਹੁਤ ਛੋਟੇ ਦਾਇਰੇ 'ਚ ਸੀਮਿਤ ਹੁੰਦੇ ਜਾ ਰਹੇ,